ਲਓ ਠੀਕ ਹੈ ਇੱਕ 60-70 ਸਾਲ ਦੇ ਬਜ਼ੁਰਗ ਦੇ ਘਰੇ ਕਾਕਾ ਬੈਠਾ ਹੋ ਗਿਆ ਜੇ ਤਾਂ ਕਾਕਾ ਪਹਿਲਾਂ ਹੁੰਦਾ ਫਿਰ ਤਾਂ ਲੋਕੀ ਇਹ ਗੱਲ ਕਹਿੰਦੇ ਕਿ ਮਹਾਰਾਜ ਦੇ ਘਰ ਦੇਰ ਹੈ ਨੇਰ ਨਹੀਂ ਹੈ ਪਰ ਉਹ ਕਾਕਾ ਪਹਿਲਾਂ ਨਹੀਂ ਹੈ ਕਾਕਾ ਸੁੱਖ ਨਾਲੋਂ ਦੂਜਾ ਹੈ ਦੂਜਾ ਵੀ ਕਿ 50-70 ਸਾਲਾਂ ਮਗਰੋਂ ਨਹੀਂ ਪੂਰਾ 25 ਸਾਲ ਮਗਰੋਂ ਕਾਕਾ ਹੋਇਆ ਬੜੇ ਮੁੰਡੇ ਦੇ ਵਿਆਹ ਹੋਏ ਵੀ 5-6 ਸਾਲ ਹੋ ਗਏ ਜਦੋਂ ਬੜੇ ਮੁੰਡੇ ਦਾ ਵਿਆਹ ਹੋਇਆ ਉਹਨੇ ਬਾਪੂ ਜੀ ਦੇ ਕੰਨ ਵਿੱਚ ਹੌਲੀ ਲੱਗੀ ਕਿਹਾ ਵੀ ਬਾਪੂ ਜੀ ਹੁਣ ਤੁਸੀਂ ਬਾਹਰ ਦੇ ਘਰੇ ਰਿਹਾ ਕਰੋ ਤੁਹਾਡੀ ਘਰੇ ਨੂੰਹ ਆ ਗਈ ਹੈ ਨਾਲੇ ਤਾਂ ਬੱਚਾ ਡੰਗਰ ਬੰਦੂ ਦੀ ਰਾਖੀ ਰੱਖਦਾ ਨਾਲੇ ਇਹਨੂੰ ਜਾਣੇ ਨੂੰ ਫੋਨ ਕਰਨ ਨਹੀਂ ਕਰਦਾ ਪਿਆ ਕਰੂੰਗਾ ਕਹੀਂ ਕਿਤੇ ਦਰੋਂ ਨਹੀਂ ਹੋਊਗੀ ਹੈ ਬਾਪੂ ਨੂੰ ਉਦੋਂ ਦਾ ਹੀ ਕਹਿੰਦਾ ਚੰਗਾ ਪੁੱਤਰ ਨਾ ਬਾਹਰ ਕਰ ਲਿਓ ਉਹਨਾਂ ਬਾਪੂ ਨੇ ਤਾਂ ਬਾਹਰਲੇ ਕਰਤੀ ਹੈ ਉਦੋਂ ਦਾ ਪਰ ਬਾਹਰਲੇ ਘਰੇ ਕੋਈ ਗਲਤੀ ਹੋ ਗਈ ਜਿਹਦਾ ਰਿਜ਼ਲਟ ਆਊਟ ਹੋ ਗਿਆ ਲਓ ਸੁਣਨਾ ਪਤਾ ਉਦੋਂ ਲੱਗਿਆ ਜਦੋਂ ਨਾਈ ਨੇ ਜਾ ਕੇ ਬੜੇ ਮੁੰਡੇ ਦੇ ਸਹੁਰੀ ਇਹ ਗੱਲ ਕਹੀ ਚੱਲ ਬੀਬੀ ਤੈਨੂੰ ਬੁਲਾਇਆ ਭਾਈ ਤੇਰੀ ਸੱਸ ਨੇ ਉਹਦੇ ਮੁੰਡਾ ਹੋਇਆ ਤੂੰ ਜਾ ਕੇ ਜਿਹੜੇ ਪਗ ਲਾਇਆ ਉਹ ਬੇਚਾਰੀ ਤਿਆਰੀ ਕਰਨ ਲੱਗੀ ਤਾਂ ਉਹਦੀਆਂ ਨਣਾਂ ਨੇ ਘੇਰ ਲਈ ਭਰਜਾਈਆਂ ਨੇ ਘੇਰ ਲਈ ਕਹਿੰਦੀਆਂ ਨਣਦੇ ਗੱਲ ਸੁਣ ਆ ਜਿਹੜਾ ਰਾਜਾ ਤੈਨੂੰ ਲੈਣ ਵਾਸਤੇ ਆਇਆ ਉਹ ਹੋਰ ਨਵੀਂ ਗੱਲ ਦੱਸਦਾ ਵੀ ਤੇਰੀ ਸੱਸ ਦੇ ਮੁੰਡਾ ਹੋਇਆ ਸੱਚੀ ਗੱਲ ਹੈ ਉਹ ਬੇਚਾਰੀ ਸ਼ਰਮਿੰਦੀ ਹੋ ਗਈ ਕਹਿੰਦੀ ਪਤਾ ਪੁੱਤਾ ਤਾਂ ਮੈਨੂੰ ਵੀ ਕੁਛ ਨਹੀਂ ਹੈ ਉੱਥੇ ਜਾ ਕੇ ਮੈਂ ਚਿੱਠੀ 'ਚ ਲਿਖੂੰਗੀ ਵੀ ਕੀ ਗੱਲ ਹੈ ਸ਼ਾਇਦ ਮੈਨੂੰ ਬੁਲਾਉਣ ਦੇ ਮਾਰਿਆਂ ਨੇ ਝੂਠ ਬੋਲਿਆ ਲਓ ਜੀ ਜਦੋਂ ਸਾਰੇ ਘਰ ਪੁੱਜੀ ਤਾਂ ਉੱਥੇ ਜਾ ਕੇ ਦੇਖਿਆ ਵੀ ਘਰ ਦੇ ਮੂਹਰੇ ਸਿਹਰੇ ਵੱਜੇ ਹੋਏ ਨੇ ਸਮਝ ਗਈ ਵੀ ਹਾਂ ਭਾਣਾ ਵਰਤਿਆ ਹੋਇਆ ਅੰਦਰ ਜਾ ਵੜੀ ਅੰਦਰ ਕੀ ਦੇਖਿਆ ਉਹਦੇ ਘਰ ਵਾਲੇ ਨੀਵੀਂ ਪਾਈ ਬੈਠਾ ਉਹ ਕਹਿੰਦੀ ਤੂੰ ਤੂੰ ਕਿਉਂ ਜਾ ਉਦਾਸਿਆ ਜਾ ਬੈਠਾ ਉਹ ਕਹਿੰਦਾ ਹੋਰ ਮੈਂ ਕੀ ਕਰਾਂ ਉਹ ਕਹਿੰਦੀ ਕਰਨਾ ਕਰਾਉਣਾ ਕੀ ਹੈ ਤੇਰੇ ਘਰ ਪਾਈ ਜੰਮਿਆ ਉੱਠ ਕੇ ਭੰਗੜੇ ਪਾ ਲੱਡੂ ਵੱਢ ਖੁਸਰੇ ਨੂੰ ਜਾ ਕਹਿੰਦਾ ਭਰੀਏ ਲੋਕੇ 4 ਦਿਨ ਹੋਏ ਨੇ ਇਹਨੂੰ ਜੰਮੇ ਨੂੰ ਤੇ 4 ਦਿਨ ਹੋ ਗਏ ਮੈਨੂੰ ਘਰੋਂ ਬਾਹਰ ਨਿਕਲੇ ਨੂੰ ਮੈਂ ਤਾਂ ਲੋਕਾਂ ਨੂੰ ਮੂੰਹ ਤੋਂ ਖਾਣ ਜੋਗਾ ਨਹੀਂ ਰਿਹਾ ਪਿੰਡ ਦੇ ਮੁੰਡਿਆਂ ਖੁੰਡਿਆਂ 'ਚ ਬੈਠਣ ਜੋਗਾ ਨਹੀਂ ਰਿਹਾ ਉਹ ਕਹਿੰਦੀ ਕਿਉਂ ਤੈਨੂੰ ਕਿਹੋ ਜਿਹਾ ਪਾਪ ਕਰਦੇ ਹੋ ਜਿਹੜਾ ਤੂੰ ਪਿੰਡ ਦੇ ਮੁੰਡਿਆਂ ਨੂੰ ਮੂੰਹ ਨਹੀਂ ਦਿਖਾ ਸਕਦਾ ਗੱਭਰੂ ਕਹਿੰਦਾ ਪਾਪ ਮੈਂ ਕੋਈ ਨਹੀਂ ਕੀਤਾ ਮੈਨੂੰ ਤਾਂ 4 ਦਿਨ ਹੋ ਗਏ ਮੈਂ ਸੋਚੀ ਜਾਂਦਾ ਵੀ ਵਿਆਹ ਸਾਡਾ ਹੋਇਆ ਸੀਗਾ ਤੇ ਕਾਕਾ ਬਾਪੂ ਹੋਰਾਂ ਦੇ ਹੋ ਗਏ ਉਲਟੀ ਗੰਗਾ ਪੋਹੇ ਤੋਂ ਜਾ ਬੜੀ ਲਓ ਜੀ ਹਾਸੇ ਦੇ ਮਖੌਲ ਦੇ ਮੂਡ ਦੇ ਵਿੱਚ ਹੈ ਉਹ ਕਹਿੰਦੀ ਤੂੰ ਉਦਾਸ ਹੋਣਾ ਪਿਆ ਹੋਈ ਜਾ ਮੈਂ ਤਾਂ ਖੁਸ਼ੀ ਮਨਾਉਂਗੀ ਨਾਲੇ ਸੱਸ ਨੇ ਮੰਜੀ ਤੇ ਬੈਠਣੀ ਹੋਏ ਤਾਂ ਪੰਜੀਰੀ ਮੰਗਿਆ ਕਰਨੀ ਮੈਂ ਕੰਧੋੜੀ ਹੋਰ ਸੰਦੂਕ ਆਉਣ ਲਿਓ ਕਿਹਾ ਧੀ ਖਾ ਜਾ ਕਰੂੰਗੀ ਮੈਂ ਤਾਂ ਆਪਣੀ ਸਿਹਤ ਬਣਾਉਂਗੀ ਬਸ ਸੁਣ ਨਜ਼ਰਾ ਗੌਰ ਨਾਲ ਉਹ ਕੀ ਕਹਿੰਦੀ ਹੈ ਗੱਭਰੂ ਕੀ ਰਿਵਾਜ਼ ਹੁੰਦਾ ਦੂਜੇ ਦੀ ਚੀਜ਼ ਤੇ ਅੱਖ ਨਹੀਂ ਰੱਖੀ ਦੀ ਪੰਜੀਰੀ ਖਾਣ ਨੂੰ ਜੀ ਕਰੇ ਨਾ ਤਾਂ ਬੰਦਾ ਪੰਜੀਰੀ ਖਾਣ ਵਾਲਾ ਕੋਈ ਕੰਮ ਹੀ ਕਰ ਲਵੇ ਜਿਹੜੀ ਜਾਂਦੇ ਖੂਹ ਵਿੱਚ ਪਵੇ ਪੰਜੀਰੀ ਵੱਡੀਏ ਤੇ ਔਰ ਦੀਏ ਪਰ ਜਾਈਏ ਖੂਹ ਵਿੱਚ ਪਵੇ ਪੰਜੀਰੀ ਵੱਡੀਏ ਤੇ ਔਰ ਦੀਏ ਪਰ ਜਾਈਏ ਵੀ ਸ਼ਰੀਕ ਜਾਮਾ ਪਿਆ ਬਿੱਲੋ ਹੁਣ ਕੀ ਲਾਜ ਬਣਾਈਏ ਸ਼ਰੀਕ ਜਾਮਾ ਪਿਆ ਬਿੱਲੋ ਹੁਣ ਕੀ ਲਾਜ ਬਣਾਈਏ ਮੈਨੂੰ ਮੌਜ ਲੱਗ ਗਈ ਗੱਟਾ ਲਿਆ ਪੰਜੀਰੀ ਖਾਈਏ ਮੌਜ ਲੱਗ ਗਈ ਗੱਟਾ ਲਿਆ ਪੰਜੀਰੀ ਖਾਈਏ ਮੈਂ ਮੁੰਡਿਆਂ ਵਿੱਚ ਕਹਿਣ ਨਹੀਂ ਜੋਗਾ ਮਾਂ ਪਿਓ ਨੂੰ ਕੁਝ ਕਹਿਣ ਨਹੀਂ ਜੋਗਾ ਮੈਂ ਮੁੰਡਿਆਂ ਵਿੱਚ ਬਹਿਣ ਨਹੀਂ ਜੋਗਾ ਮਾਂ ਪਿਓ ਨੂੰ ਕੁਝ ਕਹਿਣ ਨਹੀਂ ਜੋਗਾ ਰੰਨ ਕੁੱਟਣ ਨੂੰ ਸ਼ੇਰ ਰੰਨ ਕੁੱਟਣ ਨੂੰ ਸ਼ੇਰ ਬੁੜੇ ਨਾਲ ਹਿੱਟ ਖੜਕਾ ਲੈਣ ਨਹੀਂ ਜੋਗਾ ਰੰਨ ਕੁੱਟਣ ਨੂੰ ਸ਼ੇਰ ਬੁੜੇ ਨਾਲ ਹਿੱਟ ਖੜਕਾ ਲੈਣ ਨਹੀਂ ਜੋਗਾ ਓਏ ਕਰਨਾ ਪੈਂਦਾ ਸੀਜ਼ਨ ਪਾਪ ਕਰਨਾ ਪੈਂਦਾ ਕਰਨਾ ਪੈਂਦਾ ਕਰਨਾ ਪੈਂਦਾ ਮਿਸਲ ਚੁੜਸਾ ਵਾ ਭੂਤ ਗਿਆ ਏ ਸਾਰਾ ਹੀ ਆਵਾ ਕਰਨਾ ਪੈਂਦਾ ਸਿਰ ਚੁੜਸਾ ਵਾ ਭੂਤ ਗਿਆ ਏ ਸਾਰਾ ਹੀ ਆਵਾ ਕਿਹੜੇ ਨੂੰ ਸਮਝਾਈਏ ਸ਼ਰੀਕ ਜੰਮ ਪਿਆ ਹਿੱਲੋ ਹੁਣ ਕੀ ਲਾਜ ਬਣਾਈਏ ਸ਼ਰੀਕ ਜੰਮ ਪਿਆ ਹਿੱਲੋ ਹੁਣ ਕੀ ਲਾਜ ਬਣਾਈਏ ਪੇਕਿਆਂ ਦੇ ਪਿੰਡ ਮਿਲਵਾਦੇ ਤਾਨੇ ਪਾਪੀ ਪੁੱਛਦੀ ਨਹੀਂ ਦੱਸ ਨਣਾਨੇ ਪੇਕਿਆਂ ਦੇ ਪਿੰਡ ਮਾਦੇ ਤਾਨੇ ਪਾਪੀ ਪੁੱਛਦੀ ਦੱਸ ਨਣਾਨੇ ਨਾ ਹੋਰ ਕੁੜੀ ਨੂੰ ਭੇਜ ਹਵੇਲੀ ਬਾਪੂ ਨੂੰ ਚਾਹ ਦੇਣ ਬਹਾਨੇ ਉਦੋਂ ਤਾਂ ਚਾਹ 'ਚ ਬਹੁਤਾ ਦੁੱਧ ਪਾ ਕੇ ਡੋਲੂ ਫੜਾ ਦਿੰਦੀ ਸੀ ਲੈ ਬੇਬੇ ਜੀ ਬਾਪੂ ਜੀ ਨੂੰ ਚਾਹ ਦੇ ਆ ਭੇਜ ਲੈ ਚਾਹ ਲੈ ਲੈ ਸਵਾਦ ਬੁੜੇ ਨੇ ਚਾਹਟਾ ਚੁਕਾ ਕੇ ਰੱਖ ਦਿੱਤਾ ਨਾ ਹੋਰ ਬੁੜੀ ਨੂੰ ਭੇਜ ਹਵੇਲੀ ਬਾਪੂ ਨੂੰ ਚਾਹ ਦੇਣ ਬਹਾਨੇ ਬੁੜੇ ਬੁੜੀ ਨੇ ਕਸਰ ਨਾ ਛੱਡੀ
लोहे दी रुड़ पई गद्दी बुढ़े बुढ़ी ने कसर न कटी लोहे दी रुड़ पई गद्दी शरीक जाम प्या लूण की लाज बनाइए एक नहीं ये दूजी वारी प्यो तेरे नाल बुड़े ने ठगी मारी साडा बुड़ा बड़ा चलाक है हूं एक बारी नहीं दो बारी तेरे प्यो नाल ठगी मार ली एक बारी तो उदो जो तेरा बापू मैनू देखने वास्ते आया साडे बुड़े ने पटवारी नू बैठ के बिठा लिया 20 रुपये दे के पहला जो सरदार मुंडे नू देखना आऊगा ना तू जमीन इधरली उधरली परली उरली गिण गणा के ना 100 गिला कर दी पर 100 गिला कितने सी 50 सी ना 50 दी ठगी तो उदो मार गया फिर मैनू हुण कहिंदा रहा भाई बेटे 50 किले बड़ी हुंदी है तू कला कला हैगा कोई नहीं गुजारा हो जू मैं तेरे करके झूठ बोलिया सी मैनू की पता सी दूजे नू लाउण दी अंदरों कदी कोशिश करी जांदा हुण दूजा आ गया मेरी तां 50 दी 25 रह गई है नाले बुढ़े दे हले अगले प्रोग्राम दा कोई पक्का पता नहीं है की करना कोई नहीं गल एक नहीं ये दूजी वारी तो तेरे नाल ठक्की मारी एक तुरजू थक मेरी ने जे यो कम रख्या जारी हां फिर तां 25 दी 12:30 वे देनी यो कम रख्या जारी 100 दिन नालों एक दिन चंगा बुढ़े बुढ़ी दा करके कंगा 100 दिन नालों एक दिन चंगा बुढ़े बुढ़ी दा करके कंगा क्यों ना यप मुकाइए ਕਰੇ ਸ਼ਰੀਕ ਜੰਮ ਪਿਆ ਕਿਲੋ ਹੁਣ ਕੀ ਲਾਜ ਬਣਾਈਏ ਸ਼ਰੀਕ ਜੰਮ ਪਿਆ ਕਿਲੋ ਹੁਣ ਕੀ ਲਾਜ ਬਣਾਈਏ ਪੱਕੀ ਦਾੜੀ ਚਿੱਟਾ ਚਾਟਾ ਮਾਂ ਬਿੱਤੇ ਤਾਂ ਵੇ ਸਾਨੂੰ ਹੀ ਘਾਟਾ ਪੱਕੀ ਦਾੜੀ ਚਿੱਟਾ ਚਾਟਾ ਮਾਂ ਬਿੱਤੇ ਤਾਂ ਸਾਨੂੰ ਹੀ ਘਾਟਾ 336 ਬਣ ਜਾਏ ਭਾਵੇਂ ਇੱਕ ਦਿਨ ਪਾਉਣਾ ਪੋਈਰ ਕਾਟਾ 336 ਬਣ ਜਾਏ ਭਾਵੇਂ ਇੱਕ ਦਿਨ ਪਾਉਣਾ ਪੋਈਰ ਕਾਟਾ ਆਲੇ ਪਿੰਡੇ ਰਾਤ ਚੋਰੀ ਸਦੀਕ ਜਾਮ ਨਾ ਸ਼ਰੀਕ ਜਾਮ ਪਿਆ ਹਿੱਲੋ ਹੁਣ ਕੀ ਲਾਜ ਬਣਾਈਏ।